ਨਹੀਂ ਹੀ ਇਜ਼ ਓਕੇ, ਹੀ ਇਜ਼ ਜਸਟ ਰੈਸਟਿੰਗ ਐਂਡ ਆਈ ਥਿੰਕ ਇੱਕ ਦੋ ਨਾਲ ਛੁੱਟੀ ਮਿਲ ਜੂ। ਬਸ ਠੀਕ ਹੈ ਜੀ, ਥੋੜ੍ਹੀ ਜਿਹੀ ਤਬੀਅਤ ਉਹਨਾਂ ਦੇ ਘਬਰਾਹਟ ਜੀ ਹੋਈ ਸੀਗੀ, ਹੁਣ ਠੀਕ ਹੈ ਡਾਕਟਰ ਸਾਹਿਬ। ਬਾਕੀ ਜੋ ਉਹਨਾਂ ਨੇ ਆਪਦਾ ਕਰਨਾ ਸੀਗਾ ਇਲਾਜ ਜਾਂ ਉਹਨਾਂ ਨੇ ਦੇਖਣਾ ਸੀਗਾ ਉਹ ਦੇਖ ਲਿਆ, ਈ ਸੀ ਜੀ ਹੋ ਗਈ, ਸਹੀ ਆ ਹੁਣ ਠੀਕ ਹੈ। ਨਹੀਂ ਉਹ ਡਾਕਟਰ ਸਾਹਿਬ ਨੂੰ ਬਿਹਤਰ ਪਤਾ ਜੀ, ਹਲੇ ਅੰਦਰ ਹੈ, ਮੈਂ ਆਪ ਬਾਹਰ ਖੜਾ ਹੈ ਹਲੇ ਅੰਦਰ। ਨਹੀਂ ਨਹੀਂ ਉਹ ਐਸੀਡਿਟੀ ਉਹਨਾਂ ਨੂੰ ਲੱਗ ਰਹੀ ਸੀਗੀ, ਉਹ ਤਾਂ ਡਾਕਟਰ ਸਾਹਿਬ ਹੀ ਦੱਸਣਗੇ ਨਾ ਜੀ ਕੀ ਅਸਲ 'ਚ ਉਹਨਾਂ ਨੂੰ ਕੀ ਸੀਗਾ। ਜ਼ਿਆਦਾ ਨਹੀਂ ਪਤਾ ਜੀ, ਉਹ ਡਾਕਟਰ ਸਾਹਿਬ ਨੂੰ ਜਦੋਂ ਆਏ ਉਦੋਂ ਬਾਹਰ ਪੁੱਛਦੇ ਹੈ, ਮੈਨੂੰ ਆਪ ਨੂੰ। ਹਾਂ ਠੀਕ ਹੈ ਜੀ, ਬਿਲਕੁਲ ਠੀਕ ਹੈ, ਓਕੇ ਬਿਲਕੁਲ ਠੀਕ ਹੈ, ਨੋਰਮਲ ਹੈ, ਕੋਈ ਪ੍ਰੋਬਲਮ ਨਹੀਂ। ਕੀ ਕਹਿ ਰਹੇ ਨੇ ਜੀ, ਕੋਈ ਗੱਲ ਹੋਈ ਹੈ ਜੀ, ਕੋਈ ਗੱਲ ਹੋਈ ਉਹਨਾਂ ਨਾਲ? ਹਾਂ ਗੱਲ, ਕੀ ਕਹਿ ਰਹੇ ਨੇ? ਗੱਲਬਾਤ ਠੀਕ ਹੈ, ਉਹ ਕਹਿੰਦੇ ਹੁਣ ਕੋਈ ਪੇਨ ਨਹੀਂ, ਕੋਈ ਕੁਛ ਨਹੀਂ, ਠੀਕ ਹੋ ਗਿਆ। ਕੋਈ ਮਾੜਾ ਮੋਟਾ ਡਾਕਟਰ ਸਾਹਿਬ ਨੇ ਜਿਹੜਾ ਕੁਛ ਕੀਤਾ ਉਹਦੇ ਨਾਲ ਠੀਕ ਹੋ ਗਿਆ। ਥੈਂਕ ਯੂ। ਮਨਪ੍ਰੀਤ ਵੀਰ ਜੀ ਨੂੰ ਸਵੇਰੇ ਥੋੜ੍ਹੀ ਜਿਹੀ ਘਬਰਾਹਟ ਕਹਿ ਰਹੇ ਸੀਗੇ, ਥੋੜ੍ਹਾ ਜਿਹਾ ਪੇਨ ਕਹਿ ਰਹੇ ਸੀ, ਕਹਿੰਦੇ ਮੇਰੇ ਥੋੜ੍ਹਾ ਜਿਹਾ ਪੇਨ ਜਾਂ ਜਕੜਨ ਹੈਗੀ ਹੈ, ਤਾਂ ਫਿਰ ਮੈਂ ਇੱਥੇ ਬੁਲਾ ਲਿਆ ਸੀਗਾ, ਅਤੇ ਥੋੜ੍ਹਾ ਜਿਹਾ ਈ ਸੀ ਜੀ 'ਚ ਪ੍ਰੋਬਲਮ ਆਈ ਸੀ, ਅਤੇ ਅਸੀਂ ਐਂਜੀਓਗ੍ਰਾਫੀ ਕੀਤੀ, ਥੋੜ੍ਹੀ ਬਲੋਕੇਜ ਸੀ, ਖੋਲ੍ਹ ਦਿੱਤੀ ਹੈਗੀ ਹੈ, ਹੁਣ ਬਿਲਕੁਲ ਠੀਕ ਨੇ। ਹਾਂਜੀ ਸਟੈਂਡ ਉਹਨਾਂ ਦੇ ਦੋ ਪਾਣੇ, ਹਾਂਜੀ ਦੋ ਪਾਣੇ, ਮੇਨ ਨਾੜੀ ਬਲੋਕੇਜ, ਹਾਂਜੀ ਕਰਕੇ ਪਾਏ ਗਏ, ਬਲੋਕੇਜ ਸੀਗਾ। ਹਾਂਜੀ ਸੁਪਰ, ਕਿੰਨੇ ਕੁ ਵਜੇ ਤੁਹਾਡੇ ਨਾਲ ਗੱਲ ਹੋਈ ਹੈ? ਮੇਰੇ ਨਾਲ ਸਵੇਰੇ 10 ਵਜੇ। ਅੱਛਾ, ਡਾਕਟਰ ਸਾਹਿਬ ਕੋਈ ਪਹਿਲਾਂ ਵੀ ਇਹਨਾਂ ਨੂੰ ਕੋਈ ਪ੍ਰੋਬਲਮ? ਨਹੀਂ ਕੋਈ ਪ੍ਰੋਬਲਮ ਨਹੀਂ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਉਹਨਾਂ ਦੇ ਨਾਲ। ਹੁਣ ਤੱਕ ਕੀ ਕੀ ਸਾਹਮਣੇ ਆਈ ਤੁਹਾਨੂੰ ਮੈਡੀਕਲ, ਜਿਹੜੀਆਂ ਤੁਸੀਂ ਰਿਪੋਰਟ ਚੈੱਕ ਕੀਤੀਆਂ? ਕੁਝ ਨਹੀਂ, ਰੂਟੀਨ 'ਚ ਜਿੱਦਾਂ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ, ਇਟ ਵਾਜ਼ ਅ ਮਾਈਨਰ ਪ੍ਰੋਬਲਮ, ਨਾੜੀ 'ਚ ਥੋੜ੍ਹਾ ਜਿਹਾ ਕਲੋਟ ਜਿਹਾ ਸੀਗਾ, ਬਲੋਕੇਜ ਸੀਗੀ, ਅਸੀਂ ਖੋਲ੍ਹ ਦਿੱਤੀ ਹੈਗੀ ਹੈ, ਪਰਫੈਕਟਲੀ ਆਲ ਰਾਈਟ, ਇਜ਼ ਐਬਸੋਲੂਟਲੀ ਸਟੇਬਲ। ਕਿੰਨੇ ਪਰਸੈਂਟ ਤੱਕ ਸਰ ਡਿਸਚਾਰਜ ਕਦੋਂ ਹੋਣਗੇ? ਡਿਸਚਾਰਜ ਛੇਤੀ ਕਰ ਦਾਂਗੇ ਜੀ, ਇਹਨਾਂ ਨੂੰ ਇੱਕ ਦੋ ਦਿਨਾਂ 'ਚ ਹੀ ਕਰ ਦਾਂਗੇ। ਡਾਕਟਰ ਸਾਹਿਬ ਜੇ ਗੱਲ ਕਰੀਏ ਫਿਟਨੈਸ ਦੀ, ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪਦੀ ਜਿਹੜੀ ਸਿਹਤ ਪੱਖੋਂ ਵੀ ਠੀਕ ਨੇ, ਤਾਂ ਫਿਰ ਕਿਉਂ, ਕੀ ਕਾਰਨ ਲੱਗਦਾ ਤੁਹਾਨੂੰ? ਆਪਾਂ ਰੂਟੀਨ 'ਚ ਦੇਖਦੇ ਵੀਰ ਜੀ, ਇਹ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਹੈ, ਜਿਹਨੂੰ ਪ੍ਰੋਬਲਮ ਆਉਣੀ ਆ ਜਾਂਦੀ ਹੈ ਘਰੇ ਬੈਠੇ, ਚੰਗੇ ਬੰਦੇ ਨੂੰ, ਫਿੱਟ ਬੰਦੇ ਨੂੰ, ਅਥਲੀਟ ਨੂੰ, ਅਸੀਂ ਤਾਂ ਦੇਖਦੇ ਜਿਹੜੇ ਬੰਦੇ 10-10 ਕਿਲੋਮੀਟਰ ਰਨਿੰਗ ਕਰਦੇ ਆ, ਫੌਜੀਆਂ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਦੇਰ ਆਰ ਮਲਟੀਪਲ ਰੀਜ਼ਨਸ, ਉਹਨਾਂ ਦੀ ਡਿਟੇਲ 'ਚ ਜਾਵਾਂਗੇ ਤਾਂ ਬਹੁਤ ਟਾਈਮ ਲੱਗ ਜੂਗਾ, ਬਟ ਆ ਜਾਂਦੀ ਹੈ। ਹਾਂਜੀ 100% ਬਲੋਕੇਜ, 100% 100%। ਹਾਂਜੀ ਡਾਕਟਰ ਸਾਹਿਬ, ਮਲਟੀਪਲ ਕੋਈ ਸੈਲੈਂਟ ਅਟੈਕ ਵੀ ਆਇਆ ਇਸ ਤਰ੍ਹਾਂ? ਹਾਂ ਮਾਈਨਰ ਹਾਰਟ ਅਟੈਕ। ਹਾਂਜੀ, ਪਰਿਵਾਰ ਦੇ ਲੋਕ ਮਿਲ ਰਹੇ ਨੇ? ਅਭੀ ਮੈਂ ਅਰੈਸਟ ਕਰ ਰਿਹਾ, ਕਿਉਂਕਿ ਉਹ ਬਿਲਕੁਲ ਰਾਤ ਵੀ ਉਹਨਾਂ ਨੂੰ ਅਨਕੰਫਰਟੇਬਲ ਸੀਗਾ ਤੇ ਨੀਂਦ ਨਹੀਂ, ਤੇ ਰੈਸਟ ਕਰ ਰਹੇ ਹੈਗੇ। ਸਮਾਂ ਜਿਹੜਾ ਦੱਸਿਆ ਗਿਆ ਸੀਗਾ ਕਿ ਵੀ ਰਾਤ ਵੀ ਉਹਨਾਂ ਦੇ ਪੇਨ ਹੋਇਆ ਸੀਗਾ, ਹਾਂਜੀ, ਤਾਂ ਉਹਨਾਂ ਨੇ ਇਗਨੋਰ ਕਰ ਦਿੱਤਾ, ਤੇ ਸਵੇਰ ਹੋ ਜਦੋਂ ਹਾਂ ਉਹਨਾਂ ਨੂੰ ਥੋੜੀ ਜਲਨ ਹੋਈ ਸੀ, ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਥੋੜੀ ਜਿਹੀ ਐਸਿਡਿਟੀ ਕਰਕੇ ਵੀ ਹੋ ਜਾਂਦਾ ਕਈ ਵਾਰ, ਆਪਾਂ ਕਾਮਨਲੀ ਨੋਰਮਲੀ ਐਸਿਡਿਟੀ ਸਮਝ ਲੈਂਦੇ, ਮਾਈਨਰ ਜਿਹਾ ਰਾਤ ਪੇਨ ਹੋਇਆ ਸੀ, ਫਿਰ ਉਹ ਠੀਕ ਹੋ ਗਿਆ ਸੀ। ਸਮਾਂ ਕਿੰਨਾ ਲੱਗਿਆ? ਸਵੇਰੇ ਸ਼ੇਅਰ ਕਰਨ ਗਏ ਨੇ ਜਦੋਂ, ਉਦੋਂ ਪ੍ਰੋਬਲਮ ਹੋਈ ਹੈ ਜਦ? ਮੈਂ ਇੰਨੀ ਡਿਟੇਲ ਤਾਂ ਮੈਂ ਨਹੀਂ ਪੁੱਛਿਆ ਉਹਨਾਂ ਨੂੰ, ਬਟ ਉਹਨਾਂ ਨੂੰ ਹੋ ਰਿਹਾ ਸੀ ਪੇਨ। ਹਾਂਜੀ ਹਾਂਜੀ। ਸਮਾਂ ਕਿੰਨਾ ਲੱਗਿਆ ਜੀ, ਕਿੰਨੇ ਸਮੇਂ ਚ ਪਿਆ ਸਟੈਂਟ? ਸਟੈਂਟ ਪਾਉਣ 'ਤੇ ਕੋਈ ਬਾਹਲਾ ਟਾਈਮ ਨਹੀਂ ਲੱਗਦਾ, 15-20 ਮਿੰਟ ਲੱਗਦੇ ਆ। ਥੈਂਕ ਯੂ।